ਕਲਾਕਾਰ ਇਹੋ ਜਿਹੇ ਯਾਰ ਮਰਨਗੇ ਆਪਾਂ ਨੂੰ ਸੇਵਾ ਪਾਉਣਗੇ। ਲਓ ਜੀ, ਅਸੀਂ ਬਠਿੰਡਾ ਦੇ ਭਾਈ ਕਨੱਈਆ ਚੌਂਕ 'ਚ ਖੜ੍ਹੇ ਹਾਂ। ਤੁਹਾਨੂੰ ਅੱਡੋ ਅੱਡ ਦੋ ਥਾਵਾਂ 'ਤੇ ਇੱਥੋਂ ਸੰਗਤਾਂ ਜਿਹੜੀਆਂ ਨੇ, ਇੱਕ ਪਾਸੇ ਬਰਗਾੜੀ ਹੈ ਜਿੱਧਰ ਨੂੰ ਆਹ ਭਾਈ ਕਨੱਈਆ ਮਾਰਗ ਲਿਖਿਆ ਹੈ, ਤੁਹਾਨੂੰ ਸੰਗਤਾਂ ਦਿਖਾਵਾਂਗੇ ਜਿਹੜੀਆਂ ਕੁਛ ਇੱਧਰ ਕਾਂਗਰਸ ਦੀ ਰੈਲੀ ਵੱਲ ਜਾ ਰਹੀਆਂ ਨੇ ਜੀ। ਇਹ ਬਠਿੰਡੇ ਦਾ ਥਰਮਲ ਪਲਾਂਟ ਹੈ ਜੋ ਤੁਸੀਂ ਦੇਖ ਸਕਦੇ ਹੋ। ਇਸ ਵਕਤ ਕਾਫੀ ਸੰਗਤਾਂ ਜਿਹੜੀਆਂ ਨੇ ਕੋਟਪੂਰਾ ਜਿਹੜਾ ਇੱਥੋਂ ਉੱਧਰ ਲੰਘ ਗਏ ਆ। ਜੋ ਇੱਥੇ ਖੜ੍ਹ ਕੇ ਮੈਂ ਤੁਹਾਨੂੰ 5 ਮਿੰਟ ਲਾਉਣੇ ਆਪਾਂ, ਅਤੇ ਇੱਥੋਂ ਆਪਾਂ ਨੂੰ ਅੰਦਾਜ਼ਾ ਹੋ ਜਾਏਗਾ ਕਿ ਜਿਹੜੀਆਂ ਬਰਗਾੜੀ ਵੱਲ ਸੰਗਤਾਂ ਚੱਲੀਆਂ ਉਹ ਆਪਣੇ ਆਪ ਚੱਲੀਆਂ ਨੇ ਮੋਟਰਸਾਈਕਲਾਂ 'ਤੇ, ਗੱਡੀਆਂ 'ਤੇ। ਸਕੂਟਰਾਂ 'ਤੇ ਆਪਣੇ ਆਪਣੇ ਸਾਧਨ ਲੈ ਕੇ ਚੱਲੇ ਨੇ। ਹੁਣ ਆਹ ਬੱਸ ਆ ਰਹੀ ਹੈ ਜੀ, ਇੱਥੋਂ ਸਪਸ਼ਟ ਗੱਲ ਹੋ ਰਹੀ ਹੈ ਕਿ ਇਹ ਬਰਗਾੜੀ ਵੱਲ ਚੱਲੀ ਹੈ। ਆਹ ਦੇਖੋ, ਇਹ ਬਰਗਾੜੀ ਵੱਲ ਚੱਲੀ ਹੈ ਜੀ, ਰਾਜਪੁਰੇ ਤੋਂ ਆਈ ਹੈ ਜੀ। ਇਹ ਰਾਜਪੁਰੇ ਤੋਂ ਬੱਸ ਆਈ ਹੈ ਇਨਸਾਨ ਮੋਰਚੇ ਲਈ, ਇੱਧਰ ਚੱਲੀ ਹੈ। ਬੜੀ ਦੂਰੋਂ ਦੂਰੋਂ ਆ ਰਹੀਆਂ ਨੇ ਸੰਗਤਾਂ। ਉਹ ਟਰੱਕ ਭਰਿਆ ਆ ਰਿਹਾ ਜੀ ਇੱਕ, ਤੁਸੀਂ ਦੇਖ ਰਹੇ ਹੋ। ਸੋ ਇੱਥੋਂ ਅੰਦਾਜ਼ਾ ਲਾ ਸਕਦੇ ਹੋ ਕਿ ਆਹ ਬੱਸਾਂ ਜਿਹੜੀਆਂ ਜਾ ਰਹੀਆਂ ਨੇ, ਦੂਜੇ ਪਾਸੇ ਦੇਖ ਰਹੇ ਹੋ ਕਿ ਇਹ ਕਾਂਗਰਸ ਵਾਲਿਆਂ ਦੀਆਂ ਜਾ ਰਹੀਆਂ, ਅਕਾਲੀ ਦਲ ਦੀਆਂ ਕੋਈ ਸੰਗਤ ਨਹੀਂ ਜਾ ਰਹੀ। ਇਹ ਸੰਗਤਾਂ ਆ ਰਹੀਆਂ ਕਿੱਥੋਂ ਆਈਆਂ ਜੀ ਸੰਗਤਾਂ? ਫਤਿਹਾਬਾਦ ਤੋਂ ਆਏ ਹੋ? ਰਤੀਆ ਸ਼ਹਿਰ ਤੋਂ ਆਏ ਹੋ ਜੀ? ਰਤੀਆ ਤੋਂ ਆਈਆਂ ਜੀ ਸੰਗਤਾਂ ਜੀ। ਇਹ ਦੇਖ ਰਹੇ ਹੋ ਰਤੀਏ ਤੋਂ ਸੰਗਤਾਂ ਆਈਆਂ ਨੇ ਜੀ ਟਰੱਕ 'ਤੇ। ਇੱਕ ਆਹ ਗੱਡੀ ਆ ਰਹੀ ਆ, ਅਸੀਂ ਇਹਨਾਂ ਤੋਂ ਹੀ ਪੁੱਛਦੇ ਹਾਂ ਕਿੱਥੋਂ ਆਏ ਹੋ ਜੀ ਸੰਗਤਾਂ, ਕਿੱਥੋਂ ਆਈਆਂ ਨੇ? ਅਸੀਂ ਆਏ ਜੀ ਸੁਨਾਮ ਸ਼ਹੀਦ ਊਧਮ ਸਿੰਘ ਵਾਲਾ ਤੋਂ ਜੀ। ਅੱਛਾ ਜੀ, ਕਿੱਧਰ ਚੱਲੇ ਹੋ? ਅਸੀਂ ਚੱਲੇ ਹਾਂ ਜੀ ਬਰਗਾੜੀ। ਬਰਗਾੜੀ ਚੱਲੇ ਹੋ? ਇੱਕ ਪਾਸੇ ਕਾਂਗਰਸ ਨੇ ਆਪਦੀ ਰੈਲੀ ਕੀਤੀ ਹੈ, ਦੂਜੇ ਪਾਸੇ ਬਾਦਲ ਪਰਿਵਾਰ ਨੇ ਕੀਤੀ ਹੈ। ਤੁਸੀਂ ਇੱਧਰ ਆਏ ਹੋ, ਕੀ ਸਮਝਦੇ ਹੋ ਇਹ ਕੀ ਜਿਹੜਾ ਹੈਗਾ ਗੁਰੂ ਮਹਾਰਾਜ ਨਾਲ ਜੋ ਹੋਇਆ ਇਹ ਕਿਹਨੇ ਕਰਵਾਇਆ? ਅੱਜ ਕੀ ਤੁਸੀਂ ਮਨ 'ਚ ਲੈ ਕੇ ਆਏ ਹੋ ਬਰਗਾੜੀ? ਅਸੀਂ ਸਿਰਫ ਇਹਨਾਂ ਦੇ ਮਤਲਬ ਕਿ ਜੋ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ ਜੀ, ਉਹਦੇ ਰੋਸ ਰੋਸ 'ਚ ਜਾ ਰਹੇ ਹਾਂ। ਬਾਦਲ ਅਤੇ ਜੋ ਅਕਾਲੀ ਦਲ ਨੇ, ਸੋਰੀ ਇਹ ਕਾਂਗਰਸ ਵਾਲੇ ਨੇ, ਇਹ ਫਰੈਂਡਲੀ ਮੈਚ ਖੇਡ ਰਹੇ ਨੇ, ਲੋਕਾਂ ਨੂੰ ਸਿਰਫ ਗੁੰਮਰਾਹ ਕਰ ਰਹੇ ਨੇ, ਲੋਕਾਂ ਦਾ ਤਾਂ ਧਿਆਨ ਭੜਕਾਉਣ ਵਾਸਤੇ ਜੀ। ਮਿਹਰਬਾਨੀ ਜੀ, ਗੁਰਫਤਿਹ ਜੀ। ਇਹ ਸੰਗਤਾਂ ਤੁਸੀਂ ਦੇਖੀਆਂ ਕਿ ਆ ਰਹੀਆਂ ਨੇ ਜੀ? ਸੋ ਤੁਸੀਂ ਦੇਖ ਰਹੇ ਹੋ, ਇੱਥੇ ਸਿਰਫ ਆਪਾਂ ਨੂੰ ਥੋੜ੍ਹਾ ਸਮਾਂ ਹੋਇਆ, ਕੁਛ ਉਹ ਬੱਸਾਂ ਕਾਂਗਰਸ ਦੀਆਂ ਜਾ ਰਹੀਆਂ ਨੇ। ਮੈਂ ਭਾਈ ਕਨੱਈਆ ਚੌਂਕ ਬਠਿੰਡਾ ਵਿਖੇ ਖੜ੍ਹਾ ਇਸ ਵਕਤ। ਸੋ ਆ ਸਿੰਘ ਸਾਹਿਬ ਚੱਲੇ ਨੇ, ਆਪਾਂ ਇਹਨਾਂ ਨਾਲ ਹੀ ਗੱਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਆਏ ਹੋ ਜੀ? ਬਠਿੰਡੇ ਲੋਕਲ ਤੋਂ। ਬਠਿੰਡੇ ਕਿੱਥੇ ਚੱਲੇ ਹੋ? ਬਰਗਾੜੀ ਜੀ। ਬਰਗਾੜੀ ਚੱਲੇ ਹੋ, ਠੀਕ ਹੈ ਜੀ। ਕੀ ਮਨ 'ਚ ਲੈ ਕੇ ਚੱਲੇ ਹੋ? ਮਨ 'ਚ ਹੀ ਲੈ ਕੇ ਚੱਲੇ, ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਪ੍ਰਤੀ ਰੋਸ ਹੈ, ਕੋਈ ਆਪਣਾ ਕਿਸੇ ਪਾਰਟੀ ਨਾਲ ਸੰਬੰਧ ਨਹੀਂ, ਇੱਕ ਮਨ ਦੇ ਵਿੱਚ ਜਜ਼ਬਾ ਵੀ ਉਹਦਾ ਇਨਸਾਫ ਮਿਲਣਾ ਚਾਹੀਦਾ, ਕਿਉਂਕਿ ਇੱਦੂ ਵੱਡੀ ਤਾਂ ਕੋਈ ਗੱਲ ਹੋ ਹੀ ਨਹੀਂ ਸਕਦੀ ਦੁਨੀਆ 'ਚ। ਥੈਂਕ ਯੂ ਜੀ, ਮਿਹਰਬਾਨੀ ਜੀ। ਹੁਣ ਤੁਸੀਂ ਦੇਖ ਰਹੇ ਹੋ ਜਜ਼ਬਾ ਜਿਹੜਾ ਹੈ, ਮੈਂ ਇੱਥੇ ਇੱਕੋ ਚੌਂਕ 'ਚ ਖੜ੍ਹ ਕੇ ਤੁਹਾਨੂੰ ਬਠਿੰਡੇ ਦਾ ਜਿਹੜਾ ਚੌਂਕ ਹੈ, ਇਹ ਭਾਈ ਕਨੱਈਆ ਚੌਂਕ ਆ ਜੀ। ਇੱਧਰ ਤੁਸੀਂ ਬਠਿੰਡੇ ਦੇ ਥਰਮਲ ਦੇਖ ਰਹੇ ਹੋ, ਆ ਝੀਲਾਂ ਨੇ, ਝੀਲਾਂ ਦੇਖ ਲਓ, ਅਤੇ ਆਹ ਬੜਾ ਹੀ ਖੂਬਸੂਰਤ ਚੌਂਕ ਹੈ, ਭਾਈ ਕਨੱਈਆ ਚੌਂਕ ਹੈ। ਸੋ ਇੱਥੇ ਕੁਛ ਨਾਲੇ ਦੁਪਹਿਰ ਦਾ ਸਮਾਂ ਹੋ ਚੁੱਕਿਆ ਲਗਭਗ। ਸੋ ਸੰਗਤਾਂ ਆਪ ਮੁਹਾਰੇ ਜਿਹੜੀਆਂ ਨੇ, ਇਕੱਲੇ ਸਿੰਘ ਹੀ ਦੇਖੋ ਮੋਟਰਸਾਈਕਲ 'ਤੇ ਚੱਲੇ ਨੇ, ਕੋਈ ਕਿਵੇਂ ਚੱਲਿਆ, ਆਪਣੀਆਂ ਆਪਣੀਆਂ ਸਵਾਰੀਆਂ 'ਤੇ ਚੱਲੇ ਨੇ, ਇਹ ਤੁਸੀਂ ਦੇਖ ਰਹੇ ਹੋ। ਝੰਡੇ ਲੱਗੇ ਆ, ਇਹ ਕਾਂਗਰਸ ਦੀਆਂ ਗੱਡੀਆਂ ਚੱਲੀਆਂ ਨੇ। ਆਹ ਸਿੰਘ ਚੱਲੇ ਨੇ ਜੀ, ਦੇਖ ਰਹੇ ਹੋ ਤੁਸੀਂ, ਬੇਸ਼ੱਕ ਝੰਡੇ ਨਹੀਂ ਹੈਗੇ। ਇਹ ਇਸ ਵਕਤ ਮੈਂ ਸਵਰਨ ਸਿੰਘ ਦਾਨੇਵਾਲੀਆ, ਰੇਡੀਓ ਪੰਜਾਬ ਟੂਡੇ ਕੰਨੀਓ, ਤੁਹਾਨੂੰ ਬਠਿੰਡਾ ਦੇ ਭਾਈ ਕਨੱਈਆ ਚੌਂਕ ਦੇ ਵਿੱਚੋਂ
लाइव कुछ तस्वीर दिखा रहे हैं जितों डब वाली भी बसा जा रही ने जितों बरगाड़ी भी सिंह जा रहे ने। सो तुसी अंदाजा ला सकते हो मोटरसाइकलों पर जा रहे हैं बड़ी दूरों दूरों जड़े ने फतेहाबाद कितों कितों सुनाम फतेहाबाद तो संगत आ रही ने। ये तुसी हुण इस वक्त बठिंडा दे बरगाड़ भाई कन्हैया चौंक दे विचों ये मैं तुहानू जिहड़ियां तस्वीरां जिहड़ियां ने लाइव तुहाडे नाल सांझियां कर रहे हैं। उत्थे पहुँचन की कोशिश करांगे उत्थों भी तुहानू कुछ लाइव रिपोर्टिंग देंगे संगतां दे नाल तुहानू रूबरू कराया जी। अपने आप आ रही ने गड्डियां असीं संगतां नाल गल करदे आं कित्थों कित्थों आए ने। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿੱਥੋਂ ਆਏ ਜੀ ਅਸੀਂ ਤਾਂ ਲੋਕਲ ਹੀ ਆ ਜੀ ਬਠਿੰਡੇ ਲੋਕਲ ਹੋ ਕਿੱਧਰ ਚੱਲੇ ਹੋ ਬਰਗਾੜੀ ਵੱਲ ਜੀ ਬਰਗਾੜੀ ਵੱਲ ਨੂੰ ਕੀ ਮਨ 'ਚ ਲੈ ਕੇ ਚੱਲੇ ਹੋ ਗੁਰੂ ਸਾਹਿਬ ਦੀ ਫਤਿਹ ਹੋਊਗੀ ਜੀ ਬਸ ਆਹ ਮਨ 'ਚ ਲੈ ਕੇ ਚੱਲੇ ਹਾਂ ਜੀ ਸਾਡੀਆਂ ਮੰਗਾਂ ਪੂਰੀਆਂ ਹੋਣਗੀਆਂ ਜ਼ਰੂਰ ਜਿਹੜੇ ਦੋਸ਼ੀ ਆ ਉਹਨਾਂ ਨੂੰ ਫੜਨਾ ਚਾਹੀਦਾ ਸਜ਼ਾ ਮਿਲਣੀ ਚਾਹੀਦੀ ਬਸ ਜੀ ਜੀ ਬਰਗਾੜੀ ਜੀ ਹਾਂਜੀ ਬਰਗਾੜੀ ਚੱਲੇ ਆ ਜੀ ਸਿੰਘ ਜੋ ਤੁਸੀਂ ਦੇਖ ਰਹੇ ਹੋ ਬਰਗਾੜੀ ਨੂੰ ਆਹ ਬੱਸ ਚੱਲੀ ਆ ਜੀ ਇੱਕ ਸੋ ਇੱਕ ਪਾਸੇ ਕਾਂਗਰਸ ਨੂੰ ਜਾ ਰਹੇ ਨੇ ਜੀ ਇੱਕ ਪਾਸੇ ਬਰਗਾੜੀ ਨੂੰ ਤੁਸੀਂ ਦੇਖ ਰਹੇ ਹੋ ਇੱਥੋਂ ਤਕਰੀਬਨ ਬਰਗਾੜੀ ਕੋਈ 25-30 ਕਿਲੋਮੀਟਰ ਹੈ ਅਤੇ 35 ਕਿਲੋਮੀਟਰ ਇੱਥੋਂ ਡੱਬ ਵਾਲੀ ਹੈ। ਸੋ ਇਹ ਕੁਝ ਤਸਵੀਰਾਂ ਨੇ ਬਠਿੰਡੇ ਦੀਆਂ ਭਾਈ ਕਨ੍ਹੱਈਆ ਮਾਰਗ ਜਿਹੜਾ ਇਹ ਜਾਂਦਾ ਹੈ ਦੋ ਤਰ੍ਹਾਂ ਦੇ ਇੱਥੋਂ ਤੁਹਾਨੂੰ ਇਕੱਠ ਇੱਥੋਂ ਦੇਖਣ ਨੂੰ ਮਿਲ ਰਹੇ ਨੇ।